ਜਿਹੜੀ ਐਸੈਂਸ਼ੀਅਲ ਗੁੱਡਸ ਆ ਜਿਹੜੀਆਂ ਉਹਨਾਂ ਦੀ ਟਰਾਂਸਪੋਰਟ ਅਲਾਊਡ ਕੀਤੀ ਵੀ ਹੈ, ਹੋਰ ਮੂਵਮੈਂਟ ਹੈ ਨਹੀਂ। ਅਤੇ ਅਵੰਡਨ ਪਿਆ ਹੋਇਆ ਜਿਹੜਾ ਕੋਲਡ ਸਟੋਰ ਆ ਜਿਹੜਾ ਅੱਗੋਂ ਬੰਦ ਹੈ, ਬਿਜਲੀ ਦਾ ਕਨੈਕਸ਼ਨ ਹੈ ਨਹੀਂ, ਉਹਦੇ ਪਿਛਲੇ ਪਾਸੇ ਇੱਕ ਇੰਡਸਟਰੀ ਇਸ ਢੰਗ ਦੀ ਸੈੱਟ ਕਰਕੇ ਕਰਦੇ। ਬਟ ਇਹ ਇਹਨੂੰ ਇਹਨੂੰ ਕਹਿ ਦਿਉ ਵੀ ਜਿੰਨਾ ਵੀ ਵੱਡਾ ਇਹਨੂੰ ਜੁਰਮ ਕਹਿ ਦਿਉ, ਉਨਾ ਹੀ ਵੱਡਾ ਜੁਰਮ ਹੈ ਜਿਹੜਾ ਕਿ ਸਟੇਟ ਨੂੰ, ਜੇ ਕੋਈ ਇਹਨੂੰ ਇਹ ਜਿਹੜੇ ਚਲਾ ਰਹੇ ਆ ਬੰਦੇ ਉਹਨਾਂ ਨੂੰ ਅਸੀਂ ਆਪਣੇ ਰਾਜ ਦੇ ਦੁਸ਼ਮਣ ਕਹਿ ਸਕਦੇ ਹਾਂ। ਇਹਦੇ ਵਿੱਚੋਂ ਇੱਕ ਨੰਬਰ ਵਨ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਜਿਹੜੀ ਕਿ ਮਾੜੀ ਦਾਰੂ ਪਊਗੀ। ਅਤੇ ਦੂਜਾ ਜਿਹੜਾ ਸਟੇਟ ਨੂੰ ਫਾਈਨੈਂਸ਼ੀਅਲ ਨੁਕਸਾਨ ਹੈ, ਸਭ ਤੋਂ ਮਾੜੀ ਗੱਲ ਇਹ ਹੈ ਵੀ ਆਪਣੇ ਜਿਹੜੀ ਸਟੇਟ ਦੇ ਵਿੱਚ ਕੋਈ ਕਿਵੇਂ ਕਿਸੇ ਉਹਦੇ ਫਾਈਨੈਂਸ਼ੀਅਲ ਨੁਕਸਾਨ ਉਹਨੂੰ ਕਰ ਸਕਦਾ। ਇਸ ਕਰਕੇ ਬੜੀ ਡੂੰਘਾਈ ਨਾਲ ਇਹਦੀ ਸਰੀ ਕੀਤੀ। ਵੱਡਾ ਕਾਰਨ ਇਹ ਵੀ ਕਹਿ ਸਕਦੇ ਜਿਵੇਂ ਠੇਕੇ ਬੰਦ ਸੀਗੇ ਵੀ ਤਾਂ ਕਰਕੇ ਇਹ ਨਕਲੀ ਦਾਰੂ ਬਣਾਈ ਜਾ ਰਹੀ ਸੀ ਸਰ? ਨਹੀਂ, ਇਹ ਤਾਂ ਕੋਈ ਠੇਕੇ ਬੰਦ ਜਾਂ ਨਾ ਬੰਦ ਨਾਲ ਕੋਈ ਉਹਦਾ ਰੋਲ ਨਹੀਂ ਗਾ। ਅਲਟੀਮੇਟਲੀ ਤਾਂ ਕਿੱਥੇ ਦਾਰੂ ਗਾਂ ਉਹਦੀ ਆ, ਬੰਦੇ ਜਦੋਂ ਫੜੇ ਜਾਣਗੇ ਅਤੇ ਕਿੱਥੇ ਕਿਹਨੂੰ ਸਪਲਾਈ ਕਰ ਰਹੇ ਸੀ ਅਤੇ ਕਿੰਨੇ ਦਿਨਾਂ ਤੋਂ ਇਹਨੂੰ ਇਹ ਕਰ ਰਹੇ ਸੀ, ਪਤਾ ਲੱਗਿਆ। ਜਿਹੜੀ ਇਨੀਸ਼ੀਅਲ ਕਿਹਾ ਵੀ 15-20 ਦਿਨ ਤੋਂ ਜਿਹੜੀ ਇਹ ਗੱਲ ਸਾਹਮਣੇ ਆਈ ਹੈ, ਬਾਕੀ ਹਜੇ ਪੜਤਾਲ ਦਾ ਵਿਸ਼ਾ ਵੀ 15-20 ਦਿਨ ਤੋਂ ਇਹਨਾਂ ਨੇ ਸੈਟਅਪ ਕੀਤਾ ਸੀ ਅਤੇ ਕਿੰਨੀ ਬਣਾਤੀ, ਕਿੰਨੇ ਜਣਿਆਂ ਨੂੰ ਸਪਲਾਈ ਕੀਤੀ, ਇਹ ਤਫਤੀਸ਼ ਦਾ ਮੈਟਰ ਹੋਊਗਾ। ਮਾਤਰਾ 'ਚ ਜਾਂ ਕਿੰਨੇ ਬੀਐਸਸੀ ਗੁਰਮੀਤ ਸਿੰਘ, ਇਹ ਜਿਹੜੀ ਰੇਡ ਪਈ ਇਹਦੇ ਬਾਰੇ ਦੱਸੋਗੇ? ਰੇਡ ਸੀਕਰਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਾਫੀ ਇੱਥੇ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਜਾਲੀ ਸ਼ਰਾਬ ਤਿਆਰ ਕਰਕੇ ਅਤੇ ਜੋ ਮਹਾਂਮਾਰੀ ਚੱਲ ਰਹੀ ਹੈ ਪੂਰੀ ਦੁਨੀਆ ਦੇ ਵਿੱਚ, ਕਰਫਿਊ ਦੀ ਆੜ ਦੇ ਵਿੱਚ ਠੇਕੇ ਬੰਦ ਹੋਣ ਕਰਕੇ ਉਹਦਾ ਨਜਾਇਜ਼ ਫਾਇਦਾ ਉਠਾ ਕੇ ਕੁਝ ਜਿਹੜੇ ਸ਼ਰਾਬ ਦੇ ਸਮਗਲਰ ਤਸਕਰ ਨੇ ਉਹਦਾ ਫਾਇਦਾ ਉਠਾ ਰਹੇ ਸੀ। ਉਹ ਜਾਲੀ ਸ਼ਰਾਬ ਤਿਆਰ ਕਰਕੇ ਅਤੇ ਲੋਕਾਂ ਨੂੰ ਗਾਹ ਪਹੁੰਚਾ ਰਹੇ, ਉਹਦੇ ਬਾਰੇ ਇਨਫੋਰਮੇਸ਼ਨ ਮਿਲੀ, ਜਿਹਦੇ ਨਾਲ ਮੇਰੇ ਨਾਲ ਐਕਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਔਰ ਪੁਲਿਸ ਪਾਰਟੀ ਨਾਲ ਸਮੇਤ ਅਸੀਂ ਰੇਡ ਕੀਤੀ। ਰੇਡ ਕਰਨ 'ਤੇ ਜਿਹੜਾ ਅਸੀਂ ਕੰਮ ਕਾਫੀ ਜਿਹੜੇ ਬੰਦੇ ਸੀਗੇ ਉਹ ਇਹ ਓਪਨ ਏਰੀਆ ਹੋਣ ਕਰਕੇ, ਨਾਲ ਰੇਲਵੇ ਲੈਣ ਪੈਣ ਕਰਕੇ, ਇੱਕ ਬੰਨੇ ਹਾਈਵੇ ਰੋਡ ਹੋਣ ਕਰਕੇ ਉਹ ਜਿਹੜੇ ਭੱਜ ਗਏ, ਮੌਕੇ ਤੋਂ ਸਾਰੇ ਭੱਜ ਗਏ। ਅੰਦਾਜ਼ਾ ਕਿੰਨਾ ਕੁ ਬੋਤਲਾਂ ਮਿਲੀ ਭਰੀਆਂ? ਅੰਦਾਜ਼ਾ ਭਰੀਆਂ ਬੋਤਲਾਂ ਜਿਹੜੀਆਂ ਨੇ ਇੱਥੇ ਉਹ ਤਕਰੀਬਨ ਦੇਸੀ ਦੀਆਂ, ਦੇਸੀ ਜਿਹੜੀ ਆ ਉਹਦੀਆਂ ਮਿਲੀਆਂ ਨੇ 50 ਕੁ ਪੇਟੀਆਂ ਦੇ ਕਰੀਬ। 3 ਕੁ ਪੇਟੀਆਂ ਜਿਹੜੀਆਂ ਉਹਨਾਂ 'ਤੇ ਕਿਸੇ ਕਿਸਮ ਦਾ ਲੇਬਲ ਨਹੀਂ ਲੱਗਾ, ਉਹ ਵੀ ਦੇਸੀ। ਇੱਕ ਬੋਤਲ ਅੰਗਰੇਜ਼ੀ ਦੀ ਰੋਇਲ ਸਟੈਗ ਅਤੇ ਉਹਦੇ ਨਾਲ ਇੱਕ ਅਧੀਆ ਰੋਇਲ ਸਟੈਗ ਉਹ ਭਰਿਆ ਹੋਇਆ ਮਿਲਿਆ।